ਤੇ ਬਾਕੀ ਨਾ ਬੜੇ ਫਖਰ ਨਾਲ ਆਖਿਆ ਮੈਂ ਉਸਤਾਦ ਦਾ ਬੰਦਾ ਯਾਦ ਰੱਖਿਆ ਜਿੱਥੇ ਇਹਨਾਂ ਸੁਰ ਰੱਖੀ ਤੇ ਸ਼ੇਰ ਬੋਲਿਆ ਇਹ ਬੇ ਉਸਤਾਦਿਆਂ ਨਾ ਕਰਦਾ ਉਸਤਾਦਾਂ ਲੈਣਾ ਨੇ ਸਤਾਰ ਇਹਨਾਂ ਦੀ ਮਰਜ਼ੀ ਨਹੀਂ ਤੇ ਸ਼ੇਰ ਮੇਰੀ ਮਰਜ਼ੀ ਨੇ ਗੱਲ ਹੈ ਸਤਾਰ ਰਾਜ ਸਾਹਿਬ ਦੀ ਸਾ ਚੜਾਈ ਮੈਂ ਸ਼ੇਰ ਇੱਥੇ ਬੋਲਸਾ ਰਾਜ ਸਾਹਿਬ ਮੈਂ ਕਿਹੜੀ ਦਾ ਗੱਲ ਦੱਸਾਂ ਮੇਰੇ ਸ਼ੇਰਾਂ ਨਾਲ ਸ਼ੇਰ ਦੇਸਾਂ ਜੀ ਰਾਜ ਸਾਹਿਬ ਫਰਮਾਸੋ ਅੱਜ ਮਣਾ ਗਿਆ ਭਾਈ ਜੀ ਨਹੀਂ ਨਹੀਂ ਗਲਤ ਗਲਤ ਹੈ ਉਹਨਾਂ ਕੀ ਸ਼ੇਰ ਬੋਲਣਾ ਚਾਹੀਦਾ ਸੀ ਥਾਰੂ ਭਾਈ ਜੀ ਸਵਾਲ ਜਵਾਬ ਬਾਅਦ ਨਹੀਂ ਗੱਲ ਹੈ ਇਹਨਾਂ ਕੀ ਸ਼ੇਰ ਬੋਲਣਾ ਚਾਹੀਦਾ ਉਸ ਤੋਂ ਬਾਅਦ ਨਹੀਂ ਗੱਲ ਨਹੀਂ ਰਾਤੀ ਸਾਡਾ ਸਾਗ ਲਾਈ ਰੱਖੋ ਉਹ ਸੁਣੋ ਉਹ ਭਾਵੇਂ ਆਪਣੀ ਸਤਾਰਾ ਪਰ ਬੋਲਣ ਤੇ ਭਾਵੇਂ ਨਾ ਨਹੀਂ ਪਰ ਆਪਣਾ ਸ਼ੇਰ ਪੜਨ ਉਸ ਤੋਂ ਬਾਅਦ ਇਹ ਜਵਾਬ ਦੇਣਾ ਫਿਰ ਦੋਸਤੋ ਫੇਰੀ ਗੱਲ ਹੈ ਸਾਰੀ ਤਾਂ ਗੱਲ ਆ ਕਿ ਨਸਾਰ ਯਾਰ ਸਾਹਿਬ ਕੀ ਐਵੇਂ ਟੰਡਾ ਵਿੱਚ ਪਰਸਿਓ ਆਇਆ ਵਾ ਸ਼ੇਰ ਉਹਨਾਂ ਬੋਲੇ ਤਾਂ ਮੈਂ ਬੋਲੇ ਆ ਸਭ ਕੁਝ ਬੋਲੇ ਤਾਂ ਗੱਲ ਕਰ ਸਲਾਮ ਸਾਰੀ ਬੋਲੋ ਬਹੁਤ ਸ਼ੇਰ ਬੋਲੋ ਨਾ पढ़सो दौरान उस बंदे माइक पकड़ने की कोशिश की गल पाने की कोशिश की मैं खसी कि मैं क्या नहीं पहलू यह बंदा गल मुकम्मल कर सी उस तो बाद पहले जरा बया इसने पीछे भाओ
ਦੀ ਬਲਾਈ ਤੇ ਨੇੜਾ ਕੀਤਾ ਨੇ ਇੰਨਾ ਇੱਕ ਲਾਖੀ ਪਹਿਲੀ ਤੇ ਚੀਜ਼ ਹੈ ਮੁਸ਼ਤਬਾ ਸਾਹਿਬ ਇਹ ਜ਼ਰੂਰ ਯਾਦ ਰੱਖਿਆ ਹੈ ਇਹ ਜਿੱਥੇ ਪ੍ਰੋਗਰਾਮ ਹੋਣਾ ਪਿਆ ਕਮ ਅਜ਼ ਕਮ 40 ਟੈਲੀਫੋਨ ਕਰੀ ਕੇ ਮੈਨੂੰ ਬੁਲਾਇਆ ਗਿਆ ਮੈਂ ਬਗੈਰ ਦਾਵਤ ਤੋਂ ਨਾ ਆਇਆ ਇੱਕ ਦੂਜੀ ਚੀਜ਼ ਹੈ ਜਿਹੜੀਆਂ ਗੱਲਾਂ ਤੁਸੀਂ ਇਹ ਸ਼ਰਖਾਨਾ ਨਹੀਂ ਉਸ ਨਾਲ ਸਾਡਾ ਕੋਈ ਤਲਕ ਨਹੀਂ ਸਾਡੇ ਵਾਸਤੇ ਦੋਏ ਬਰਾਬਰ ਹੋ ਹੁਣ ਤੋਂ ਬਾਅਦ ਇਹ ਜਿਹੜੇ ਬੰਦੇ ਆ ਇਹਨਾਂ ਨਾਲ ਹੁਕਮ ਇਹਨਾਂ ਨੇ ਫਰਮਾਇਸ਼ ਇਹਨਾਂ ਨੇ ਪਿਆਰ ਦੋਏ ਬੰਦੇ ਸਿਰਫ ਆਪਣੇ ਟਾਈਮ ਵਿੱਚ ਗੱਲ ਬਾਣ ਤੇ ਸ਼ੇਰ ਬੋਲਣ ਇੱਕ ਦੂਏ ਦੇ ਟਾਈਮ ਵਿੱਚ ਪੂਰੀ ਆਵਾਮ ਕਹਿ ਜਾਣੀ ਜੀ ਇਸੇ ਤਰ੍ਹਾਂ ਗੱਲਾਂ ਬਾਣੇ ਲਵਣ ਜਾਂ ਸ਼ੇਰ ਬੋਲਣ ਸ਼ੇਰ ਬੋਲਣ ਸ਼ੇਰ ਬੋਲਣ ਠੀਕ ਹੈ मैं एडा गला ना ठटकी ना तो गल बना जो कुछ याद आओ बाखूबी पेश करसा इंशाला शेरा पर शेर देसा जिसे शेरा पर शेरा की गल आई उसने फिर सुन मैं रखसा फिर मैं दसा कड़ा शेर बनना ਭਾਈ ਨਾ ਮਾਰੇ ਸ਼ੇਰਾ ਬਤਕੀਰ ਕੀ ਨਹੀਂ ਨਾਲੇ ਆਪਣੇ ਕੰਨੇ ਚ ਕੋਣੀ ਪਈ ਪਰ ਅਜ ਨਾਜ਼ਰ ਕਰਕੇ ਬਾਇਆ ਕੈਸੇ ਪਿੱਛੇ ਕਰਾਇਆ ਏ ਜੇ ਬਹਿਰੋ ਮੈਂ ਆਖਿਆ ਤਾਂ ਮੈਂ ਸਟੇਜ ਹੋਣੇ ਵਾਸਤੇ ਤਿਆਰ ਆ ਅਨੀਸ ਅਨਫੀ ਸਰਕਾਰ ਨਾਲ ਬੜਾ ਅੱਛਾ ਜਿਹਾ ਖਿਆਲ ਮੈਂ ਸਮਾਰਾ ਦੀ ਨਜ਼ਰ ਕਰਦਾ ਆ ਫਲਕ ਉੱਤੇ ਜਦੋਂ ਅੱਖ ਖੁੱਲੀ ਪਹਿਲੇ ਰੱਬ ਦੇ ਨੂਰ ਨੂੰ ਵੇਖਿਆ ਮੈਂ ਸ਼ੇਰ ਮੁਹਤਰਮਾ ਅਨੀਸ ਅਨਫੀ ਸਰਕਾਰ ਨਾਲ ਸਭਾ ਦੀ ਨਜ਼ਰ ਕਰਨਾ ਚਾਹਾਂ ਇਨਸ਼ਾਅੱਲਾ ਕਲੀਜਾ ਸਨ ਛੇ ਛੇ ਆਵਾਜ਼ਾਂ ਨਹੀਂ ਨਿਕਲਣੀਆਂ ਸਰਕਾਰ ਆਵਾਜ਼ ਨਹੀਂ ਆਣੇ ਮਿਸਲ ਰੇਡੀਓ ਇਹ ਵੀ ਇੱਕ ਸਾਜ਼ ਆਉਂਦਾ ਫਕੀਰ ਸ਼ਹਿਰ ਸਰਕਾਰਾਂ ਨੇ ਮੇਰੇ ਬੇਲੀਓ ਇਹ ਤਾਂ ਖੁਦ ਵੱਜਦਾ ਸਟੇਸ਼ਨ ਮਕਾ ਮਾਰ ਸੀ ਕਰਦਾ ਸੂਰਤ ਸੀ ਸਿਰਫ ਪਰਵਾਜ਼ ਆਉਂਦਾ ਲੇਕਿਨ ਕਿਆ ਕਰੋ ਮੇਰੇ ਬੇਲੀਓ ਕਰੋ ਬਟਨ ਨੂੰ ਆਨ ਮੈਂ ਟਿਊਨ ਜਿਸ ਦਾ ਕਰੋ ਬਟਨ ਨੂੰ ਆਨ ਮੈਂ ਟਿਊਨ ਜਿਸ ਦਾ ਮੁੰਡਾ ਦਾ ਸ਼ਕਲੀ ਦਰਿਆ ਮਾਰਦਾ ਕਰੋ ਬਟਨ ਨੂੰ ਸਰਕਾਰ ਆਖਣੇ ਜਿਸ ਨੂੰ
मामला कि आवाज मासूम का छे छे नहीं निकलना है, आवाज रब ताला भी नहीं आ रहा है सब बड़ा गरुड़ ना करो रब चावा तो तुसा नहीं चलने की बंद कर सकना ना कायद गंदी दस साल गंदी और कभी ना भी सारी याद नूबे खिलाई मैं गुजारिश कर सा यकीन करो मैं इंतजामिया वाले बंदे तू शर्मिंदा या मैं पहले अर्ज की मैं गल बने ना इतना शौकीन ही ना मैं भाई ना के गुजारिश कर सा जो कुछ तुसा की याद आओ पढ़ो जो कुछ मिगी याद आ ए मरहूम चौधरी अकरम सरकार ने बोला कि शेरा पीछे शेर कोई नहीं दे सकता शेर पिछा कोई शेर नहीं दे सकना तुसा जरा सूरज पढ़ने पे मिगी पता आ तुम्हारी नीयत साफ ही अल्लाह ने हुक्म नाल सिर चो सारा चलना पाया क्योंकि मैं ज्यादा गल्ला बने ना कह ला मैं जरा तुसा एतमाम किया इतना खर्चा किया तो असाने पर तुसों की दो चार असा शेर असा सुनाई देगा सारी जिंदगी ले रही और शेर अब शेर ने देई सकने मोहतरम आदि फर्जी सरकार ने बड़ा प्यारा तो सादा जा सरकार ने शेर आए ऐ परमादा इंसानी दे विच अनफी रूह दी अंदा होर कोई राज होता सरकार आवाज ने आने इस मादियत दी आखरी हद जिथे
ਵਾਲੇ ਜਿਹੜੇ ਮੁੜੀ ਮੁੜੀ ਆਖਣੇ ਗੱਲਾਂ ਨੂੰ ਗਾਓ ਯਾਦ ਰੱਖੋ ਰਾਜੇ ਨੂੰ ਚਾਰ ਗੱਲਾਂ ਪਈਆਂ ਚੌਵਾਂ ਵਿੱਚ ਫਸੀ ਗਏ ਗੱਲਾਂ ਵੀ ਅੱਲਾ ਨੇ ਕਰਮ ਤੇ ਉਸਨੇ ਫਜ਼ਲ ਨਾਲ ਬਾਣੀਆਂ ਚਾਰ ਗੱਲਾਂ ਪਈਆਂ ਨੇ ਚਾਰ ਵਾਰ ਫਸੀ ਗਏ ਇਸ ਵਾਸਤੇ ਸੋਚਿਆ ਨੇ ਮੇਰੀਆਂ ਨਸੀਬ ਵਿੱਚ ਚੱਕਰ ਹੈ ਮੇਰੇ ਦੋਸਤਾਂ ਮੇਰੇ ਸ਼ੇਰਾਂ ਨਾਲ ਸ਼ੇਰ ਨਹੀਂ ਆਇਆ ਰਾਜ ਸਾਹਿਬ ਹੁਣ ਮੇਰੇ ਸ਼ੇਰਾਂ ਨਾਲ ਮੈਂ ਸਤਾਰੇ ਨਾਲ ਸਤਾਰ ਮਿਲਾਈ ਮੇਰੇ ਸ਼ੇਰਾਂ ਨਾਲ ਅਗਲਾ ਸ਼ੇਰ ਪਰਸੋ ਤੇ ਸ਼ੇਰ ਦੇਸੋ ਵਰਨਾ ਸ਼ੇਰ ਨਹੀਂ ਆਉਣੇ ਬੈਠੇ ਹੋਏ
शेर हो सर तो शेर सुने जा सर। इटली तू मुड़ी गा रहा गल मुश्तबा साहब गौर ना सुनो मैं क्या पाना पा रुपये कट्ठे हो जा सठा रो राजा इधर मर जा तू सुनो भाई जी राजे नाजक ने दो लफ्ज इस्तेमाल किए एक बदमाशी वाला एक भेने वाला
ए अदब नी महफिल स्टेज है हुण तू बाद कोई भी बुरा ते गंदा लफ्ज ना बोल ना राजा बोली सकना ते ना मुल्तबा बोली सकना बिल्कुल गलत है थोए बदमाश जितने थे असा जानने है दोहा चंगे तरीके नाल थोए चंगे शेरखाने अपनी अपनी जगह और जितनी आवाम बैठी दोहा ने पसंद करने वाली बैठी ना लिहाजा दोहा की अपनी माऊ की कसम है दोहा की थोए चंगे तरीके नाल शेर सुनाण प्रोग्राम खजल ना कर बस इतनी काफी है तू ये चीज प्रोग्राम छोड़ी इतना जान देने दोहा को जिथे दो दिल है जो अपनी मर्जी पढ़ने सारा इसने पर कोई इतराज नहीं एक दूए वास्ते गंदा लफ्ज ना बोलो मुश्तबा साहब तुस हुण तशरीह ना करो तुस नहीं जगह जवाब में चाहिए दा शेर पढ़ो मेरे दोस्तों ये मामला है कि राय साहब ने आखिया कि तुसा की कसम है तुसा कदे गल पाओ मेरे दोस्तों असा गल ना समाणे लेकिन एक गल तुहाडे गोश्तदार करना जुला के शेरखानी हाड़ी सुना जी एक मिनट फिर काम उठाई है ना गल ना बाऊ शेर पढ़ो एक मिनट राज साहब जो कुछ बयान कर रहे हूं पता तुसा के लग गया राज साहब क्या बयान करने पे जो कुछ मैं बयान करना मैं थोड़ी कोशिश कर रहा जी बस पढ़ने शेर पढ़ने
सरकार ने एक और शेर इनाम ने कोशिश दार है लेकिन अफसोस इस गल ना कि जिसने भाई और कदा गल्ला पाने और तो कोई बंदा नहीं बोलना सारी वारी इसने सारे हाल हाल ना छेड़ी सूरत एक सजल दा ते हुसन विचों सूरत एक सजल दा ते हुसन विचों सूरत ही हुसन ने मोहम्मद रसूल